गुरसिख मापियां दी एक होर धी की दुख भरी कहानी सामने आई है। इसनू पहला सोरे परिवार दे स्विफ्ट कार की मंग करदिया घरों कट दिता ते फिर इस दे फौजी पति ने बिना तलाक दिते दूजा विआह करवा लिया, पर उसका यह कारनामा सामने ना आवे इहदे लई उसने गुरद्वारा साहिब तो विआह का सर्टिफिकेट अपने छोटे भरा दे नां दा लिया। पर जब कुड़ी ने पुलिस विच शिकायत की तो विआह करवाउण वाले गुरद्वारा साहिब के ग्रंथी ने भी पुलिस के सामने दस्या कि विआह तां कुड़ी दे फौजी पति ने करवाया सी अते पहला गुरद्वारा साहिब दे सर्टिफिकेट ते भी अपना ना ही लिखवाया सी, पर बाद विच अपना ना कटवा के अपने छोटे भरा दा ना लिखवा दिता। कुड़ी दे हाथ इस विआह दीआं फोटोआं भी लग गईआं तां पुलिस ने इनकुआयरी तो बाद विआह दे करार नूं उलंघण करन दी धारा 494 अते धोखाधड़ी दी धारा 420 दे अधीन मामला दर्ज कर लिया। गुरदासपुर तो रोहित गुप्ता दी रिपोर्ट, लाई भारत। 1 अक्टूबर 2018 में सर मेरी मैरिज हुई हरप्रीत सिंह नाल जो कि आर्मी च जॉब करते हैं सर चौड़ा कलां पिंड। तो सर इन्होंने ना घरदिया ने सर गड्डी दिती सी अल्सो अल्टो K10। तो सर इन्होंने ना मतलब कि मैनू ना जो मेरी मैरिज हुई ना मैरिज होने बाद इन्होंने ना मैनू ना थोड़ा कि टाइम इन्ना सही रहे ने तो इन्होंने ना मैनू तंग परेशान करते कि गड्डी आपां मंगी ही शिफ्ट तो अल्टो K10 ने दी आप अल्टो K10 नहीं रखनी गड्डी तो शिफ्ट गड्डी लैके आ। उस तो बाद सर इन्होंने मैनू मारते घर मैनू कहें कि गड्डी लैके आएंगी तो फिर आप रखना है तो उस तो बाद सर इन्होंने ना मैनू मार कटाई करके घरों कढ दिता। कदों सर 25 अगस्त 2019 तो सर मैं अपने पेके घर रह रही हूँ। एक साल? हाँ जी एक साल सर मेरी मैरिज हो गया। एक साल बाद इन्होंने मैनू उत्थों घरों कढ दिता सी। उस तो बाद केस कूस कीता कोई पुलिस कंप्लेंट कीती? हाँ जी सर कंप्लेन कीती सी पर मेरी कोई सुनवाई नहीं सी हुंदी। फिर उस तो बाद सर फिर कोर्ट विच आपां केस ला दिता ते बाद विच इन्होंने मैरिज करवा ली। ਕਿਦੋਂ ਮੈਰਿਜ ਕਰਵਾਈ? ਮੈਰਿਜ ਸਰ ਇਹਨਾਂ ਨੇ ਇਸੇ ਸਾਲ ਵਿੱਚ ਕਰਾਈ 2021 ਸਨ ਵਿੱਚ 19 ਫਰਵਰੀ 2021 ਵਿੱਚ ਬਿਨਾਂ ਡਾਈਵੋਰਸ ਲਈ। ਹਾਂਜੀ ਕੋਈ ਡਿਵੋਰਸ ਨਹੀਂ ਹੋਇਆ ਮੇਰਾ ਸਰ। ਤੁਹਾਨੂੰ ਕਿੱਦਾਂ ਪਤਾ ਲੱਗਾ ਮੈਰਿਜ ਦਾ? ਸਰ ਮੈਨੂੰ ਕਿਸੇ ਨੇ ਮਤਲਬ ਕਿ ਦੱਸਿਆ ਕਿ ਇੱਦਾਂ ਮੈਰਿਜ ਹੋ ਗਈ ਆ ਅਤੇ ਸਰ ਜਦੋਂ ਆਪਾਂ ਜਾ ਕੇ ਉੱਥੇ ਪਤਾ ਕੀਤਾ ਤਾਂ ਵਾਕਈ ਮੈਰਿਜ ਹੋ ਗਈ ਦੀ ਜਿਹੜਾ ਬਾਬਾ ਨਾਨਕ ਗੁਰਦੁਆਰਾ ਸਾਹਿਬ। ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਤੁਸੀਂ? ਸਰ ਉਸ ਤੋਂ ਬਾਅਦ ਮੈਂ ਕੰਪਲੇਨ ਪਾਈ ਸਰ ਪਰ ਉੱਥੇ ਮੇਰੀ ਕੋਈ ਸੁਣਵਾਈ ਨਹੀਂ ਹੋਈ। ਇਸ ਵਾਰ ਸਰ ਦੀਨਾਨਗਰ ਸਰ FRI ਹੋਈ ਹੈ। ਹਾਂਜੀ ਸਰ ਇਹਨਾਂ ਨੇ ਨਾ ਕਾਨੂੰਨੀ ਕਾਰਵਾਈ ਤੋਂ ਬਚਣ ਵਾਸਤੇ ਹਾਈ ਕੋਰਟ ਵਿੱਚ ਛੋਟੇ ਦਿਓਰ ਨਾਲ ਮੈਰਿਜ ਕਰਵਾ ਦਿੱਤੀ। ਛੋਟੇ ਦਿਓਰ ਦਾ? ਛੋਟੇ ਦਿਓਰ ਨਾਲ ਉਸੇ ਕੁੜੀ ਦੀ ਕਿਰਨਦੀਪ ਕੌਰ ਦੀ ਮੈਰਿਜ ਕਰਵਾ ਦਿੱਤੀ ਸਰ। ਮੈਰਿਜ ਸ਼ੋ ਕੀਤੀ? ਹਾਂਜੀ ਅੱਛਾ ਤੇ ਕਾਨੂੰਨੀ ਕਾਰਵਾਈ ਨਾ ਹਰਪ੍ਰੀਤ ਹੋ ਸਕੇ। ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹ ਉਹੀ ਬੰਦਾ ਜਿਹਨੇ ਮੈਰਿਜ ਕਰਵਾਈ ਹੈ ਮਤਲਬ ਫੌਜੀ ਹੈ ਜਿਹਨੇ ਮੈਰਿਜ ਕਰਵਾਈ ਸੀ ਗੁਰਦੁਆਰਾ ਸਾਹਿਬ? ਸਰ ਜਦੋਂ ਆਪਾਂ ਗੁਰਦੁਆਰਾ ਸਾਹਿਬ ਡੇਰਾ ਬਾਬਾ ਨਾਨਕ ਪਹੁੰਚੇ ਉੱਥੋਂ ਦੇ ਜਿਹੜੇ ਗ੍ਰੰਥੀ ਸਾਹਿਬ ਜਿਨ੍ਹਾਂ ਨੇ ਮੈਰਿਜ ਕਰਵਾਈ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਹਰਪ੍ਰੀਤ ਦੀ ਮੈਰਿਜ ਕਰਵਾਈ ਆ। ਇਹਨਾਂ ਨੇ ਧੋਖੇ ਨਾਲ ਜਤਿੰਦਰ ਸਿੰਘ ਨਾਂ ਬਾਅਦ ਵਿੱਚ ਮੈਨੂੰ ਦੱਸਿਆ ਕਿ ਮੇਰਾ ਨਾਂ ਜਤਿੰਦਰ ਸਿੰਘ ਹੈ ਜਦਕਿ ਉਹ ਹਰਪ੍ਰੀਤ ਸਿੰਘ ਸੀ। ਜਤਿੰਦਰ ਸਿੰਘ ਉਹਨਾਂ ਦਾ ਛੋਟਾ ਭਰਾ? ਹਾਂਜੀ। ਅਤੇ ਸਰ ਇਹਨਾਂ ਨੇ ਉੱਥੇ ਵੀ ਸਰਟੀਫਿਕੇਟ 'ਤੇ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਨੇ ਹਰਪ੍ਰੀਤ ਦੇ ਫੇਰੇ ਕਰਕੇ ਉੱਥੇ ਸਾਈਨ ਕਰਕੇ ਕਟਿੰਗ ਕੀਤੀ ਆ। ਕਟਿੰਗ ਕਰਨ ਤੋਂ ਬਾਅਦ ਇਹਨਾਂ ਨੇ ਆਪਣਾ ਨਾਂ ਜਤਿੰਦਰ ਸਿੰਘ ਉੱਥੇ ਲਿਖ ਕੇ ਸਾਈਨ ਕਰ ਦਿੱਤੇ ਨੇ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਸਰ ਮੈਂ ਤਾਂ ਇਹੀ ਮੰਗ ਕਰਨੀ ਹੈ ਕਿ ਇਹਨੂੰ ਵੱਧ ਤੋਂ ਵੱਧ ਮਤਲਬ ਕਿ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਹਰਪ੍ਰੀਤ ਸਿੰਘ ਨੂੰ ਤਾਂ ਕਿ ਮਤਲਬ ਕਿ ਕੋਈ ਦੁਬਾਰਾ ਕਿਸੇ ਧੀ ਦੀ ਜ਼ਿੰਦਗੀ ਨਾ ਖਰਾਬ ਹੋ ਸਕੇ। ਮੇਰੀ ਕੀਤੀ ਹੈ ਜਿਹੜੀ ਦੂਸਰੀ ਲੈ ਕੇ ਆਏ ਉਹਦੀ ਜ਼ਿੰਦਗੀ ਨਾ ਖਰਾਬ ਹੋ ਸਕੇ। ਮੈਂ ਆਪਣੀ ਬੇਟੀ ਵਿਆਹੀ ਚੌੜੇ ਕਲਾਂ ਆਈ ਹਰਪ੍ਰੀਤ ਅਤੇ ਪਿਓ ਦਾ ਨਾਂ ਉਹਦਾ ਜਸਵੀਰ ਸਿੰਘ ਆਏ ਅਤੇ ਮੈਂ ਜਦੋਂ ਤੋਂ ਇਹ ਵਿਆਹ ਕੀਤਾ ਮੈਂ ਆਪਣੀ ਹਸਤੀ ਤੋਂ ਵੱਧ ਆਪਣੇ ਵੱਲੋਂ ਜ਼ੋਰ ਲਾ ਕੇ ਕੀਤਾ ਵਿਆਹ ਅਤੇ ਇਹਨਾਂ ਨੇ ਮੇਰੀ ਬੇਟੀ ਨੂੰ ਬਾਅਦ 'ਚ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਬਾਅਦ 'ਚ ਆਖਣ 'ਚ ਵੀ ਤੂੰ ਗੱਡੀ ਅਸੀਂ ਮੈਂ ਗੱਡੀ ਦਿੱਤੀ ਸੀ K10 ਅਤੇ ਉਹ ਕਹਿਣ ਲੱਗੇ ਵੀ ਸ਼ਿਫਟ ਹਾਂ ਅਤੇ ਆਖਣ ਡੇ ਵੀ ਸ਼ਿਫਟ ਆਉਣੀ ਆ ਅਤੇ ਉਹ ਸ਼ਿਫਟ ਦੇ ਚੱਕਰ ਦੇ ਵਿੱਚ ਇਹ ਕੁੜੀ ਨੂੰ ਜਦੋਂ ਵੀ ਇਹਨਾਂ ਨੇ ਕੁੱਟਣਾ ਅਤੇ ਭੇਜ ਦੇਣਾ ਇੱਥੇ ਆ ਕੇ ਇਹਨੇ ਮੇਰੇ ਕੋਲ ਰੋਣਾ ਪਈ ਹਾਂ ਵੀ ਡੈਡੀ ਉਹ ਤਾਂ ਹੁਣ ਇਹ ਗੱਲ ਆਖਦੇ ਨੇ ਫਿਰ ਇਹਨੇ ਜਦ ਚੱਲ ਜਾਣਾ ਕਈ ਵਾਰੀ ਚੱਲ ਜਾਣਾ ਫਿਰ ਇਹਨੂੰ ਤਾਂ ਦਵਾਈ ਪਿਆਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉੱਥੇ ਵੀ ਮਾਰ ਦੇਣ ਦੀ ਅਤੇ ਇਸ ਕਰਕੇ ਜਿਹੜਾ ਇਹਨਾਂ ਦਾ ਮੁਲਾਜ਼ਮ ਹੈ ਨਾ ਉਹ ਕਹਿੰਦਾ ਵੀ ਤੁਸੀਂ ਇਹਨੂੰ ਮਾਰ ਵੀ ਦਿਓਗੇ ਤਾਂ ਮੈਂ ਸਾਰਾ ਕੁਝ ਸੰਭਲ ਲਵਾਂਗਾ ਕੋਈ ਇਹਦੇ ਤੁਹਾਡੇ 'ਤੇ ਆਂਚ ਨਹੀਂ ਆਏਗੀ। ਇਸੇ ਬੇਸ 'ਤੇ ਹੀ ਉਹਨਾਂ ਦੀ ਕਹਿਣ ਦੇ ਉੱਤੇ ਹੀ ਇਹਨਾਂ ਨੇ ਦੂਸਰੀ ਮੈਰਿਜ ਕਰਾਤੀ ਆਈ ਜਦਕਿ ਉਹ ਇਹਨਾਂ ਨੇ ਸਾਨੂੰ ਦੱਸਿਆ ਕੁਛ ਅਤੇ ਕੀਤਾ ਕੁਛ। ਇਸ ਕਰਕੇ ਬਾਬਾ ਜੀ ਨੇ ਦੱਸਿਆ ਵੀ ਫੌਜੀ ਨਾਲ ਵਿਆਹ ਕੀਤਾ ਕੁੜੀ ਦਾ ਅਤੇ ਬਾਅਦ 'ਚ ਇਹਨਾਂ ਨੇ ਕਟਵਾ ਲਿਆ ਆਪਣਾ ਜਿਹੜਾ ਸਰਟੀਫਿਕੇਟ ਹੈ ਉਹ ਨਿੱਕੇ ਮੁੰਡੇ ਦਾ ਜਤਿੰਦਰ ਸਿੰਘ ਦਾ ਹੈ।
ते जाके इन्होंने इत्थे डीएसपी को ये मन्ने ने मेरे सामने अहीं भी बैठे थे ही चार जने इन्होंने उत्थे आख्या इहदे कुड़ी दे भरा ने आख्या कि पहले अहां फौजी नाल ही विआह कीता ही बाद च सानू पता लग गया ते अहीं की कीता भी जाके हाई कोर्ट दे विच निक्के मुंडे नाल मैरिज कर दित्ती है। एसएसपी साहब नूं दित्ती सी हरविंदर कौर पुत्री निर्मल सिंह वासी पिंड गंजा थाना दुरंगला तो उन्हें कंप्लेट की थी कि मेरी शादी हुई सी मतलब शादी हुई हरप्रीत सिंह जो फौजी है पुत्र जसबीर सिंह तो यह पिंड है चौड़ा कला तो यदि शादी हुई सी 15/10/18 सो उन्हें कंप्लेट की थी कि मेरी शादी तो हुई उस तो बाद लड़ाई झगड़ा हो गया अपने घर चल गई इन्हों का चलता रहा पर उन्हें बिना कोई तलाक या बिना कोई कंप्लीट उत्तों सैपरेशन होया तो 19/2/21 दोबारा जी दूसरी लड़की है किरणदीप कौर पुत्री सुखविंदर सिंह वासी मिर्जा जानपुर तहसील बटाला सो उन्हें शादी जी गुरद्वारा साहब विखे कर ली सी जो यदि कंप्लेट तो DSP दीनानगर ने डिटेल पड़ताल करते हुए उस गुरद्वारा साहब भी जाके तफ्तीश की है जो उत्थे उन्होंने गलत नाम लिखा के फौजी ने तो पहला वो शादी जी नवी शादी की है उस अपना नाम गलत दसिया तो ये फोटो वगैरह तो उतो सारे प्रूफ आ गए बाबे ने भी सबूत दिता सो जिदे संबंधी एफ ये खिलाफ मुकदमा नंबर 60 डेटड 22/8/21 अंडर सैक्शन 420 494 थाने दरंगले जो दर्ज किया गया जो ये इन्वेस्टिगेशन जारी है सिंह गिरफ्तारी बाकी है बाकी छेती फड़े जाएंगे डिटेल आवेंगे ये होर भी जो दोषी होगा तो वो भी फड़े जाएंगे।